ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਨਵੇਂ ਵਲੌਗ ਦੇ ਵਿੱਚ। ਅੱਜ ਤੁਹਾਨੂੰ ਦਿਖਾਉਣਾ ਹੈਗਾ ਕੈਲਗਰੀ ਸਟੈਂਪੀਡ ਦਾ ਫਾਇਰ ਵਰਕਸ। ਆਤਿਸ਼ਬਾਜ਼ੀ ਹੁੰਦੀ ਬਹੁਤ ਸ਼ਾਨਦਾਰ, ਤਾਂ ਆਪਾਂ ਉਹ ਦੇਖਦੇ ਹਾਂ। ਆਲੇ ਦੁਆਲੇ ਦੇਖੋ ਇਸ ਵੇਲੇ ਰਾਤ ਦਾ ਨਜ਼ਾਰਾ ਕੈਲਗਰੀ ਦਾ। ਥੱਲੇ ਸਟੈਂਪੀਡ ਗਰਾਊਂਡਸ ਹੈਗੀਆਂ, ਆਪਾਂ ਉਹ ਦੇਖਦੇ ਹਾਂ। ਇਸ ਵੇਲੇ ਅਸੀਂ ਖੜ੍ਹੇ ਹਾਂ ਸਕੋਟਮੈਨ ਪਾਰਕ ਦੇ ਵਿੱਚ। ਇੱਥੇ ਸਾਰੇ ਆਤਿਸ਼ਬਾਜ਼ੀ ਦੇਖਣ ਦੇ ਇੱਛਕ ਕਾਫੀ ਲੋਕ ਇੱਥੇ, ਕਈ ਤਾਂ ਥੱਲੇ ਗੱਦੇ ਵਿਛਾ ਕੇ ਵੀ ਬੈਠੇ ਹੋਏ ਆ। ਕਾਫੀ ਲੋਕਾਂ ਦੀ ਭੀੜ ਇਕੱਠੀ ਹੋਈ ਆ ਇੱਥੇ। ਕਹਿੰਦੇ ਆ ਵੀ ਇੱਥੋਂ ਵਧੀਆ ਨਜ਼ਾਰਾ ਨਜ਼ਰ ਆਉਂਦਾ, ਦੇਖਦੇ ਹਾਂ ਆਪਾਂ। ਹੁਣ ਅੱਧਾ ਕੁ ਘੰਟਾ ਹਲੇ ਹੋਰ ਰਹਿੰਦਾ ਪਟਾਕੇ ਚੱਲਣ ਨੂੰ। ਚਲੋ ਜਿੱਦਾਂ ਹੀ ਸ਼ੁਰੂ ਹੁੰਦੇ ਆ ਤਾਂ ਤੁਹਾਨੂੰ ਆਪਾਂ ਦਿਖਾਉਂਦੇ ਹਾਂ।
ਵੱਜਣ ਵਾਲੇ ਆ ਤਾਂ ਇਸ ਵੇਲੇ ਅਸੀਂ ਕੈਲਗਰੀ ਸਟੈਂਪੀਡ ਦੇ ਆਤਿਸ਼ਬਾਜ਼ੀ ਦੇਖ ਕੇ ਫਾਇਰਵਰਕ ਦੇਖ ਕੇ ਵਾਪਸ ਜਾ ਰਹੇ ਹਾਂ। ਬਹੁਤ ਹੀ ਅਲੌਕਿਕ ਵੰਡਰਫੁੱਲ ਨਜ਼ਾਰਾ ਸੀਗਾ, ਤਾਂ ਜੇ ਕਿਤੇ ਤੁਹਾਡਾ ਵੀ ਮੌਕਾ ਲੱਗਾ ਤਾਂ ਇਹ ਮਿਸ ਨਾ ਕਰੀਓ, ਬਹੁਤ ਵਧੀਆ ਨਜ਼ਾਰਾ, ਤੁਹਾਨੂੰ ਲੱਗਦਾ ਸਾਰਿਆਂ ਨੂੰ ਪਸੰਦ ਆਊਗਾ ਜ਼ਰੂਰ। ਤਾਂ ਨੈਕਸਟ ਵਲੌਗ 'ਚ ਛੇਤੀ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।